ਸਸੇ ਗੱਲ ਦੀ ਸਾਰਿਆਂ ਨੂੰ ਤੇ ਵੈਲਕਮ ਟੂ आवर ਨਿਊ ਵੀਡੀਓ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਆ ਜਿਹੜੇ ਨਵੇਂ ਰੂਲ ਕੈਨੇਡਾ ਨੇ ਹੁਣੇ-ਹੁਣੇ ਅਨਾਉਂਸ ਕੀਤੇ ਨੇ ਉਹਨਾਂ ਬਾਰੇ ਤੇ ਇਹ ਰੂਲ ਹੈਗੇ ਨੇ ਸਟੱਡੀ ਪਰਮਿਟ ਬਾਰੇ ਜੇਕਰ ਤੁਸੀਂ ਸਪਟੈਂਬਰ ਦੇ ਵਿੱਚ ਆਉਣਾ ਵਾ ਤੇ ਤੁਸੀਂ ਹਜੇ ਆਪਣਾ ਵੀਜ਼ਾ ਅਪਲਾਈ ਕਰਨਾ ਵਾ ਤਾਂ ਜਿਹੜਾ ਵੀਜ਼ਾ ਅਪਲਾਈ ਕਰਨ ਦਾ ਵੇਅ ਆ ਉਹ ਚੇਂਜ ਹੋ ਚੁੱਕਿਆ ਵਾ ਟੈਂਪਰਰਲੀ ਵੀਜ਼ਾ ਕਿਵੇਂ ਲੱਗੂਗਾ ਹੁਣ ਪ੍ਰੋਸੈਸਿੰਗ ਜਿਹੜੀ ਆ ਸਭ ਕੁਝ ਚੇਂਜ ਕਰ ਦਿੱਤਾ ਉਹਨਾਂ ਨੇ ਪੂਰੀ ਲਾਈਕ ਦੁਨੀਆ ਬਦਲਦੀ ਇਹਨਾਂ ਨੇ 1 ਮਿੰਟ ਦੇ ਵਿੱਚ ਇੱਕਦਮ ਇਹਨਾਂ ਨੇ ਵਕਤ ਬਦਲ ਦਿਆ ਜਜ਼ਬਾਤ ਬਦਲ ਦਈਏ ਜ਼ਿੰਦਗੀ ਬਦਲ ਦਈ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਇਹ ਜਿਹੜੇ ਚੇਂਜਸ ਨੇ ਇਹ ਕੁਝ ਪਾਸੇ ਲਈ ਸਹੀ ਵੀ ਨੇ ਤੇ ਕੁਝ ਪਾਸੇ ਲਈ ਗਲਤ ਵੀ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਇੰਨਾ ਬਾਰੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਨ੍ਹਾਂ ਦਾ ਵੀਜ਼ਾ ਆਲਰੇਡੀ ਆ ਚੁੱਕਿਆ ਹੈ ਸਤੰਬਰ ਦਾ ਉਹਨਾਂ ਲਈ ਕੀ ਅਪਡੇਟ ਆ ਤੇ ਚਲੋ ਹੋਰ ਟਾਈਮ ਨਹੀਂ ਕਰਦੇ ਵੇਸਟ ਤੇ ਸ਼ੁਰੂ ਕਰਦੇ ਆਪਣੇ ਅੱਜ ਦੀ ਵੀਡੀਓ ਕੈਨੇਡਾ ਸਰਕਾਰ ਨੇ ਤੇਨੇ ਚਾਰ ਰੂਲ ਜਿਹੜੇ ਨੇ ਉਹ ਚੇਂਜ ਕੀਤੇ ਨੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਬਾਰੇ ਜਿਹੜਾ ਪਹਿਲਾ ਰੂਲ ਹੈਗਾ ਵਾ ਉਹਨਾਂ ਨੇ ਇਹ ਦਿੱਤਾ ਵਾ ਕਿ ਜੇਕਰ ਤੁਹਾਡੀ ਫਾਈਲ ਕੰਪਲੀਟ ਆ ਲਓ ਤੁਸੀਂ ਆਪਣਾ ਬਾਇਓਮੈਟ੍ਰਿਕਸ ਹੋ ਗਿਆ ਤੇ ਨਾਲ ਤੁਸੀਂ ਮੈਡੀਕਲ ਹੋ ਗਿਆ ਪੁਲਿਸ ਕਲੀਅਰੈਂਸ ਚੈੱਕ ਹੋ ਗਿਆ ਨਾ ਇਹ ਸਭ ਕੁਝ ਤੁਹਾਡਾ ਡਨ ਵਾ ਤਾਂ ਤੁਹਾਡੀ ਫਾਈਲ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ ਤੁਹਾਡੀ ਫਾਈਲ ਜਿਹੜੀ ਆ ਸਭ ਤੋਂ ਪਹਿਲਾਂ ਕੰਪਲੀਟ ਕੀਤੀ ਜਾਊਗੀ ਸਭ ਤੋਂ ਪਹਿਲਾ ਵੱਡਾ ਚੇਂਜ ਤਾਂ ਉਹਨਾਂ ਨੇ ਇਹ ਕਰਤਾ ਵਾ ਕਿ ਜੇਕਰ ਤੁਹਾਡੀ ਫਾਈਲ ਫੁੱਲੀ ਕੰਪਲੀਟ ਵਾ ਤਾਂ ਤੁਹਾਡੀ ਫਾਈਲ ਉੱਤੇ ਸਭ ਤੋਂ ਪਹਿਲਾ ਕੰਮ ਕੀਤਾ ਜਾਊਗਾ ਦੂਜਾਂ ਦੀ ਫਾਈਲ ਪਹਿਲਾ ਚੇਂਜ ਸੇਵ ਹੋ ਗਿਆ ਇੰਨਾ ਵੱਡਾ ਚੇਂਜ ਨਹੀਂ ਗਿਆ ਇਹ ਨਾਰਮਲ ਆ ਕਿਉਂਕਿ ਰਾਈਟ ਨਾਓ ਹਜੇ ਲਾਈਕ ਆਪਣੇ ਬਾਇਓਮੈਟ੍ਰਿਕ ਸੈਂਟਰ ਵੀ ਨਹੀਂ ਖੁੱਲੇ ਤੇ ਨਾ ਹੀ ਆਪਾਂ ਮੈਡੀਕਲ ਦੇ ਸਕਦੇ ਹਾਂ ਹਜੇ ਤਾਂ ਉਹਨਾਂ ਕਰਕੇ ਥੋੜਾ ਜਿਹਾ ਇਹ ਰੂਲ ਜਿਆਦਾ ਮਾਇਨੇ ਨਹੀਂ ਰੱਖਦਾ ਪਰ ਜਿਹੜੇ ਅਗਲੇ ਨੇ ਉਹ ਥੋੜੇ ਜਿਹਾ ਜਿਆਦਾ ਮਾਇਨੇ ਰੱਖਦੇ ਨੇ ਤੇ ਜਿਹੜਾ ਦੂਜਾ ਵੱਡਾ ਚੇਂਜ ਹੈਗਾ ਵਾ ਉਹ ਇਹ ਹੈਗਾ ਕਿ ਕੈਨੇਡਾ ਨੇ ਰਾਈਟ ਨਾਓ ਟੈਂਪੋਰਰਲੀ ਟੂ ਸਟੇਜ ਵੀਜ਼ਾ ਅਪਰੂਵਲ ਪ੍ਰੋਸੈਸ ਸ਼ੁਰੂ ਕਰਤਾ ਵਾ ਹਾਂਜੀ ਪਹਿਲਾਂ ਹੁੰਦਾ ਸੀਗਾ ਕਿ ਆਪਾਂ ਵੀਜ਼ਾ ਫਾਈਲ ਲਾਤਾ ਵਾ ਸਭ ਕੁਝ ਡਨ ਹੋ ਗਿਆ ਨਾ ਉਸ ਤੋਂ ਬਾਅਦ ਆਪਣੀ ਪਹਿਲੇ ਪਰ ਹੁਣ 2 ਸਟੇਜ ਆ ਚੁੱਕੀਆਂ ਨੇ ਜਿਹੜੀ ਪਹਿਲੀ ਸਟੇਜ ਹੈਗੀ ਆ ਉਹਨੂੰ ਕਹਿੰਦੇ ਆ ਅਪਰੂਵਲ ਇਨ ਪ੍ਰਿੰਸੀਪਲ ਤਾਂ ਇਹਦੇ ਵਿੱਚ ਕੀ ਹੋਊਗਾ ਲਾਲੋ ਤੁਸੀਂ ਕਾਲਜ ਕੈਨੇਡਾ ਵਿੱਚ ਸਿਲੈਕਟ ਕਰਕੇ ਫੇਸਬੁਕਸ ਪਰ ਕੇ ਤੁਹਾਨੂੰ ਕਾਲਜ ਵੀ ਐਡਮਿਸ਼ਨ ਮਿਲ ਗਈ ਆ ਤੁਹਾਨੂੰ ਆਫਰ ਲੈਟਰ ਆ ਗਈ ਆ ਕਾਲਜ ਨੇ ਕਹਤਾ ਵੀ ਹਾਂਜੀ ਸਭ ਕੁਝ ਡਾਨਾ ਬੰਦੇ ਦਾ ਇਹ ਜਿਹੜਾ ਵਾ ਆਪਣੀ ਸਟੱਡੀ ਸ਼ੁਰੂ ਕਰ ਸਕਦਾ ਵਾ ਤਾਂ ਉਹਦੇ ਵਿੱਚ ਕੀ ਹੋਊਗਾ ਕਿ ਕੈਨੇਡਾ ਸਰਕਾਰ ਨੂੰ ਪਤਾ ਲੱਗ ਜਾਊਗਾ ਵੀ ਆ ਬੰਦੇ ਦੇ ਡਾਕੂਮੈਂਟਸ ਜਾਂ ਕੰਪਲੀਟ ਨੇ ਕਿਉਂਕਿ ਇਹਨੂੰ ਕਾਲਜ ਨੇ ਇਹਨੂੰ ਅਸੈਪਟ ਕਰ ਲਿਆ ਵਾ ਤਾਂ ਤੁਸੀਂ ਆਪਣੀ ਜਿਹੜੀ ਸਟੱਡੀ ਆ ਉਸੇ ਟਾਈਮ ਸ਼ੁਰੂ ਕਰ ਸਕਦੇ ਹੋ ਕਿ ਸਭ ਕੁਝ ਹੋ ਗਿਆ ਡਨ ਤਾਂ ਤੁਸੀਂ ਦਾ ਸਟੱਡੀ ਸ਼ੁਰੂ ਕਰਦੇਤੀ ਆਪਣਾ ਜਿਹੜਾ ਪਹਿਲੀ ਸਟੇਜ ਵਾ ਉਹ ਕੰਪਲੀਟ ਕਰਨ ਤੋਂ ਬਾਅਦ ਤਾਂ ਉਸ ਤੋਂ ਬਾਅਦ ਤੁਸੀਂ ਐਂਟਰ ਹੋ ਜਾਓਗੇ ਦੂਸਰੀ ਸਟੇਜ ਦੇ ਵਿੱਚ ਜਿਹਨੂੰ ਕਹਿੰਦੇ ਐਲੀਜੀਬਿਲਟੀ ਜਾਂ ਐਡਮਿਸਿਬਿਲਟੀ ਸਟੇਜ ਤਾਂ ਇਹ ਸਟੇਜ ਵਿੱਚ ਕੀ ਹੋਊਗਾ ਕਿ ਤੁਸੀਂ ਫਸਟ ਸਟੇਜ ਡਨ ਕਰਕੇ ਦੂਸਰੀ ਸਟੇਜ ਵਿੱਚ ਆ ਜਾਓਗੇ ਉਸ ਸਟੇਜ ਵਿੱਚ ਕੀ ਕਰਨਾ ਵਾ ਉਹਨਾਂ ਨੇ ਤੁਹਾਡੇ ਸਾਰੇ ਡਾਕੂਮੈਂਟ ਚੈੱਕ ਕਰਨੇ ਆ ਜਿੰਨਾ ਵਿੱਚ ਤੁਹਾਡਾ ਬਾਇਓਮੈਟ੍ਰਿਕਸ ਹੋ ਗਿਆ ਤੁਹਾਡੀ ਮੈਡੀਕਲ ਹੋ ਗਿਆ ਤੁਹਾਡੀ ਪੁਲਸ ਕਲੀਅਰੈਂਸ ਚੈੱਕ ਹੋ ਗਿਆ ਐਵੇਂ ਦੇ ਸਾਰੇ ਡਾਕੂਮੈਂਟ ਜਿਹੜੇ ਨੇ ਉਹ ਚੈੱਕ ਹੋਣਗੇ ਇਸ ਵਿੱਚ ਬਾਕੀ ਜਿਹੜੇ ਵੀ ਡਾਕੂਮੈਂਟ ਰਹਿੰਦੇ ਨੇ ਉਹ ਸਾਰੇ ਡਾਕੂਮੈਂਟ ਜਿਹੜੇ ਤੁਸੀਂ ਕੋਰੋਨਾ ਵਾਇਰਸ ਦੇ ਕਰਕੇ ਨਹੀਂ ਦੇ ਸਕੇ ਸੀਗੇ ਉਹ ਸਾਰੇ ਦੇ ਕੇ ਤੁਸੀਂ ਸੈਕੰਡ ਜਿਹੜੀ ਅਪਰੂਵਲ ਉਹ ਲੈ ਸਕਦੇ ਹੋ ਤਾਂ ਜਦੋਂ ਤੁਹਾਨੂੰ ਉਹ ਵਾਲੇ ਪ੍ਰੂਵਲ ਮਿਲੂਗੀ ਤਾਂ ਉਸ ਤੋਂ ਬਾਅਦ ਤੁਸੀਂ ਕੈਨੇਡਾ ਵਿੱਚ ਆ ਸਕਦੇ ਹੋ ਤੇ ਹੁਣ ਆ ਜਿਹੜੀ ਸਟੇਜ ਆ ਇਹਦਾ ਫਾਇਦਾ ਕਿਹਨਾਂ ਨੂੰ ਆ ਜਿਹੜੀਆਂ ਆ ਨਵਾਂ ਪ੍ਰੋਸੈਸ ਸਟੇਜ ਉਹਨਾਂ ਨੇ ਸ਼ੁਰੂ ਕੀਤੀ ਆ ਇਹ ਸਟੇਜ ਦਾ ਫਾਇਦਾ ਕਿਹਨਾਂ ਨੂੰ ਹੋਗਾ ਤਾਂ ਇਹਦਾ ਫਾਇਦਾ ਉਹਨਾਂ ਨੂੰ ਹੋਗਾ ਜਿਨ੍ਹਾਂ ਦਾ ਟਾਈਮ ਲੰਗੀ ਜਾ ਰਿਹਾ ਵਾ ਲਾਈਕ ਉਹਨਾਂ ਦੇ ਵਿੱਚ ਗੈਪ ਜ਼ਿਆਦਾ ਪਈ ਜਾ ਰਿਹਾ ਵਾ ਤਾਂ ਉਹਨਾਂ ਦਾ ਗੈਪ ਕਵਰ ਹੋਣ ਲਈ ਜਾਂ ਜੇਕਰ ਲਾੜੋ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਰਾਈਟਰ ਉਹ ਤੁਹਾਡਾ 2-3 ਸਾਲ ਤੁਹਾਨੂੰ ਪਹਿਲਾਂ ਹੀ ਹੋ ਗਿਆ ਤੁਹਾਡੀ ਸਟੱਡੀ ਡਨ ਹੋਈ ਨੂੰ ਤੇ ਤੁਸੀਂ ਹਜੇ ਤੱਕ ਵੀਜ਼ਾ ਅਪਲਾਈ ਨਹੀਂ ਕੀਤਾ ਤੇ ਤੁਸੀਂ ਡਰਦੇ ਹੋ ਕਿ ਮੇਰਾ ਹਨਾ ਕਿਤੇ ਅੱਗੇ ਜਾ ਕੇ ਇਹ ਰੀਜ਼ਨ ਨਾ ਬਣ ਜੇ ਵੀ ਤਰਾ ਗੈਪ ਜ਼ਿਆਦਾ ਬਣ ਤਾਂ ਉਹਨਾਂ ਲਈ ਇਹ ਸਹੀ ਹੈ ਕਿ ਤੁਸੀਂ ਆਪਣਾ ਜਿਵੇਂ ਜਿਹੜੀ ਟੂ ਸਟੇਜ ਵਾ ਪਹਿਲੀ ਸਟੇਜ ਡਨ ਕਰਕੇ ਪ੍ਰਿੰਸੀਪਲ ਵਾਲੀ ਤਾਂ ਤੁਸੀਂ ਇੰਡੀਆ ਤੋਂ ਸਟੱਡੀ ਸ਼ੁਰੂ ਕਰ ਸਕਦੇ ਹੋ ਤੇ ਤੁਹਾਡੇ ਜਦੋਂ ਦੂਜੀ ਅਪਰੂਵਲ ਆ ਜੂਗੀ ਤਾਂ ਤੁਸੀਂ ਕੈਨੇਡਾ ਵਿੱਚ ਆ ਸਕਦੇ ਹੋ ਉਹਨੂੰ ਡਨ ਕਰਨ ਤੋਂ ਬਾਅਦ ਤਾਂ ਇੰਨਾ ਤਾਂ ਰੱਖਣਾ ਤੁਸੀਂ 50% ਜਿਹੜੀ ਸਟੱਡੀ ਆ ਉਹੀ ਇੰਡੀਆ ਤੋਂ ਸਟਾਰਟ ਕਰ ਸਕਦੇ ਹੋ ਜਿਹੜੀ ਆਪਣੀ ਡਨ ਕਰ ਸਕਦੇ ਹੋ ਜਿਹੜੀ ਬਾਕੀ ਦੀ 50 ਹੈ ਤੁਹਾਨੂੰ ਕੈਨੇਡਾ ਅਕੇ ਡਨ ਕਰਨੀ ਪਊਗੀ ਤੇ ਜੇ ਇਹਦਾ ਨੁਕਸਾਨ ਕੀ ਨਾ ਹੁਣ ਇਹਦਾ ਨੁਕਸਾਨ ਇਹ ਹੈ ਕਿ ਉਹਨਾਂ ਨੇ ਕਿਹਾ ਵਾ ਕਿ ਜੇਕਰ ਤੁਹਾਨੂੰ ਫਰਸਟ ਵਿੱਚੋਂ ਅਪਰੂਵਲ ਮਿਲ ਗਈ ਆ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਕੈਨੇਡਾ ਆਉਣਾ ਅਲਾਉਡ ਹੋ ਜਾਓਗੇ ਜਦੋਂ ਤੱਕ ਤੁਹਾਨੂੰ ਦੂਜੀ ਵਿੱਚੋਂ ਅਪਰੂਵਲ ਨਹੀਂ ਮਿਲਦੀ ਜਿਹੜੀ ਐਲੀਜੀਬਿਲਟੀ ਵਾਲੀ ਆ ਜੇਕਰ ਤੁਹਾਨੂੰ ਉਹਦੇ ਵਿੱਚੋਂ ਅਪਰੂਵਲ ਨਹੀਂ ਮਿਲਦੀ ਤਾਂ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਰਿਜੈਕਟ ਹੋ ਸਕਦਾ ਵਾ ਤਾਂ ਇਹਦੇ ਵਿੱਚ ਇਹ ਹੋ ਜਾਂਦਾ ਵਾ ਕਿ ਹੁਣ ਉਹਨਾਂ ਨੇ ਇਹ ਕੁਝ ਨਹੀਂ ਦੱਸਿਆ ਕਿ ਤੁਹਾਡੀ ਫੀਸ ਵਾਪਸ ਹੋਊਗੀ ਕਿ ਨਹੀਂ ਹੋਊਗੀ ਤਾਂ ਇਹ ਜਿਹੜਾ ਵਾ ਹਜੇ ਤੱਕ ਇਹਦੇ ਬਾਰੇ ਕੁਝ ਸ਼ੋਰ ਨਹੀਂ ਕੀਤਾ ਪਰ ਮੈਨੂੰ ਨਹੀਂ ਲੱਗਦਾ ਕਿ ਫੀਸ ਵਾਪਿਸ ਕਰਨਗੇ ਕਿਉਂਕਿ ਤੁਸੀਂ ਇੱਕ ਸੈਮੈਸਟਰ ਦਾ ਇੰਡੀਆ ਤੋਂ ਡਨ ਕਰ ਚੁੱਕੇ ਹੋ ਕਿਉਂਕਿ ਉਹਦੇ ਤੱਕ ਜਿਉਂ ਤੱਕ ਤੁਸੀਂ ਆਪਣਾ ਮੈਡੀਕਲ ਦਵੋਗੇ ਜਾਂ ਆਪਣੇ ਬਾਇਓਮੈਟ੍ਰਿਕਸ ਦਵੋਗੇ ਤਾਂ ਇਹ ਨੁਕਸਾਨ ਹੋਗਾ ਤੁਹਾਨੂੰ ਜੇਕਰ ਤੁਸੀਂ ਇਹ ਆਪਸ਼ਨ ਚੂਜ਼ ਕਰੋਗੇ ਰਾਈਟ ਨਾਉ ਜਿਹੜਾ ਪ੍ਰੋਸੈਸ ਵਾ ਨਵਾਂ ਚੱਲਿਆ ਇਹ ਟੈਂਪੋਰਰੀ ਪ੍ਰੋਸੈਸ ਵਾ ਇਹ ਕੋਈ ਪਰਮਨੈਂਟਲੀ ਨਹੀਂ ਹੈ ਪੜ੍ਹਾਈ ਦਾ ਫੈਸਲਾ ਨਾ ਨਹੀਂ ਹੈ ਜਿਨ੍ਹਾਂ ਨੇ ਸਟੱਡੀ ਕਰਨੀ ਆ ਤੇ ਇੰਡੀਆ ਤੋਂ ਵੀ ਕਰ ਸਕਦੇ ਆ ਤੇ ਕੈਨੇਡਾ ਤੋਂ ਵੀ ਕਰ ਸਕਦੇ ਆ ਤੇ ਜਿਹੜੀ 3rd ਅਪਡੇਟ ਆ ਜਿਹੜਾ ਉਹਨਾਂ ਨੇ ਤੀਸਰਾ ਚੇਂਜ ਕੀਤਾ ਵਾ ਉਹ ਇਹ ਕੀਤਾ ਵਾ ਕਿ ਜਿਹੜੇ ਸਟੂਡੈਂਟ ਆਪਣੀ ਫਸਟ ਸਟੇਜ ਜਿਵੇਂ ਤੁਸੀਂ ਦੋ ਸਟੇਜ ਪਾਸ ਕਰਨੇ ਨੇ ਜੇ ਤੁਸੀਂ ਫਸਟ ਸਟੇਜ ਇਨ ਪ੍ਰਿੰਸੀਪਲ ਵਾਲੀ ਸਟੇਜ ਪਾਸ ਕਰਕੇ ਆਪਣੀ ਸਟੱਡੀ ਸ਼ੁਰੂ ਕਰ ਦਿੰਦੇ ਹੋ ਤਾਂ ਜਿਹੜਾ ਉਹ ਟਾਈਮ ਵੀ ਆ ਲਾਈਕ ਤੁਹਾਡਾ ਵੀਜ਼ਾ ਅਪਰੂਵਲ ਨਹੀਂ ਆਇਆ ਤੁਹਾਡੇ ਕੋਲ ਸਟੱਡੀ ਪਰਮਿਟ ਨਹੀਂ ਹੈਗਾ ਸਟੱਡੀ ਪਰਮਿਟ ਨੂੰ एलिਜੀਬਿਲਟੀ ਜਿਹੜਾ ਕ੍ਰਾਈਟੇਰੀਆ ਵਾ ਉਹ ਕੰਪਲੀਟ ਕਰਨ ਤੋਂ ਬਾਅਦ ਹੀ ਮਿਲੂਗਾ ਦੂਸਰੀ ਸਟੇਜ ਕੰਪਲੀਟ ਕਰਨ ਤੋਂ ਬਾਅਦ ਮਿਲਦਾ ਨਾ ਤੁਹਾਡਾ ਜਿਹੜਾ ਵੀਜ਼ਾ ਤੇ ਸਟੈਂਪ ਲੱਗੂਗੀ ਉਸ ਤੋਂ ਬਾਅਦ ਹੀ ਲੱਗੂਗੀ ਪਰ ਜੇ ਤੁਸੀਂ ਆਪਣੀ ਪਹਿਲੀ ਸਟੇਜ ਡਨ ਕਰ ਲਈ ਉਹਦੇ ਵਿੱਚ ਤੁਸੀਂ ਆਪਣਾ ਇੱਕ ਸਮੈਸਟਰ ਲਾ ਲਓ ਪੂਰਾ ਕਰ ਲਿਆ ਤਾਂ ਤੁਸੀਂ ਉਹ ਟਾਈਮ ਵੀ ਕਾਊਂਟ ਕਰ ਸਕਦੇ ਹੋ ਜਦੋਂ ਤੁਸੀਂ ਵਰਕ ਪਰਮਿਟ ਅਪਲਾਈ ਕਰਨਾ ਵਾ ਤਾਂ ਤੁਹਾਡਾ 2 ਸਾਲ ਜਿਹੜਾ ਵਾ ਉਹ ਪੂਰੀ ਰਹਿਣਗੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਹੀ ਮਿਲੂਗਾ ਜੇਕਰ ਤੁਸੀਂ ਆਪਣੇ ਲਾਈਕ ਇਨ ਪ੍ਰਿੰਸੀਪਲ ਜਿਹੜਾ ਵਾ ਉਹਦੇ ਵਿੱਚ ਵੀ ਆਪਣੀ ਸਟੱਡੀ ਸ਼ੁਰੂ ਕਰਦੇ ਹੋ ਤਾਂ ਉਹਦਾ ਨੁਕਸਾਨ ਕੋ ਪਰ ਨੁਕਸਾਨ ਉਹਦਾ ਉਦੋਂ ਹੀ ਹੋਊਗਾ ਜਦੋਂ ਤੁਸੀਂ ਆਪਣੀਆਂ ਜਿਹੜੀਆਂ ਦੂਜੀਆਂ ਰਿਕੁਆਇਰਮੈਂਟਸ ਨੇ ਉਹ ਕੰਪਲੀਟ ਨਹੀਂ ਕਰ ਪਾਉਂਦੇ ਜਿਹੜੀ ਐਲੀਜੀਬਿਲਟੀ ਕ੍ਰਾਈਟੇਰੀਆ ਵਾਲੀ ਹਨ ਉਹ ਰਿਕੁਆਇਰਮੈਂਟ ਤੁਹਾਡੀਆਂ ਪੂਰੀਆਂ ਨਹੀਂ ਹੁੰਦੀਆਂ ਜਾਂ ਤੁਹਾਡੇ ਕੋਈ ਡਾਕੂਮੈਂਟ ਰਹਿ ਜਾਂਦੇ ਆ ਜਾਂ ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ ਹੈਗੇ ਜਿਵੇਂ ਉਹਨਾਂ ਨੇ ਉਹਨਾਂ ਨੇ ਥੱਲੇ ਲਿਖਿਆ ਹੋਇਆ ਕਿ ਕੋਰੋਨਾ ਵਾਇਰਸ ਦੇ ਕਰਕੇ ਤੁਸੀਂ ਕੋਈ ਕੰਪਲੀਟ ਨਹੀਂ ਕਰ ਸਕੇ ਜਾਂ ਕੁਝ ਵੀ ਅਨੇ ਉਹਦੀ ਚੀਜ਼ ਹੋ ਜਾਂਦੀ ਆ ਕੋਰੋਨਾ ਵਾਇਰਸ ਦੇ ਰਿਲੇਟਡ ਕੁਈ ਤੁਹਾਡਾ ਇਸ਼ੂ ਜਿਹੜਾ ਵਾ ਕੋਈ ਮੈਡੀਕਲ ਤੁਹਾਡੀ ਹੋ ਗਈ ਕੰਡੀਸ਼ਨ ਹੈ ਤੁਹਾਨੂੰ ਕਰੋਨਾ ਵਾਇਰਸ ਵਾਲਾ ਲੋ ਸਿੱਧੀ ਗੱਲ ਵਾ ਜਿਹੜੀ ਤੁਹਾਨੂੰ ਕਰੋਨਾ ਵਾਇਰਸ ਆ ਤੁਸੀਂ ਨਹੀਂ ਆ ਸਕਦੇ ਨਾ ਜਾਂ ਤੁਹਾਡਾ ਪੁਲਿਸ ਰਿਕਾਰਡ ਆ ਗਿਆ ਕੋਈ ਤਾਂ ਉਹਨਾਂ ਸਿਚੁਏਸ਼ਨਸ ਦੇ ਵਿੱਚ ਇਹ ਕੈਨਸਲ ਕਰਨਗੇ ਕਿ ਹਾਂਜੀ ਤੁਹਾਨੂੰ ਵੀਜ਼ਾ ਨਹੀਂ ਦਿੱਤਾ ਜਾਊਗਾ ਤਾਂ ਬਾਕੀ ਹੋਰ ਤੁਹਾਨੂੰ ਪਤਾ ਵਾ ਜਿਹੜਾ ਹਿਸਾਬ ਨਾਲ ਵੀਜ਼ਾ ਰਿਜੈਕਸ਼ਨ ਹੁੰਦੀ ਹੁੰਦੀ ਨਾ ਉਹ ਸਭ ਕੁਝ ਹੋ ਸਕਦਾ ਵਾ ਤੇ ਇਹ ਅਪਡੇਟ ਸੀਗੀ ਜਿਹੜੀ ਰਾਈਟ ਨਾਓ ਆਈ ਹੋਈ ਆ ਟੈਂਪੋਰਰਰੀਲੀ ਤੇ ਜਿਨ੍ਹਾਂ ਨੇ ਸਪਟੰਬਰ ਵਿੱਚ ਆਉਣਾ ਵਾ ਉਹ ਇਸ ਸਟੇਜ ਨਾਲ ਹੀ ਆਪਣਾ ਜਿਹੜਾ ਵੀਜ਼ਾ ਵਾ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡਾ ਟਾਈਮ ਵ ਵੀਜ਼ਾ ਅਪਲਾਈ ਕੀਤਾ ਹੋਇਆ ਵਾ ਉਹਨਾਂ ਲਈ ਕੀ ਅਪਡੇਟ ਆਈ ਆ ਉਹਨਾਂ ਨੇ ਤੁਹਾਡੇ ਲਈ ਹਜੇ ਕੋਈ ਖਾਸ ਅਪਡੇਟ ਤਾਂ ਨਹੀਂ ਕੀਤੀ ਹੈਗੀ ਪਰ ਉਹਨਾਂ ਨੇ ਲਾਇਕਿ ਜਦੋਂ ਆਪਾਂ ਇਹ ਮੇ ਰੂਲ ਪੜ੍ਹ ਰਹੇ ਸੀਗਾ ਤਾਂ ਉਹਨਾਂ ਨੇ ਵਿੱਚ ਮੈਂਸ਼ਨ ਕੀਤਾ ਸੀਗਾ ਕਿ ਜਿਹੜੇ ਪੁਰਾਣੇ ਰੂਲ ਚੇਂਜਸ ਹੋਏ ਨੇ ਉਹਨਾਂ ਬਾਰੇ ਥੋੜੀ ਬੋਚ ਉਹਨਾਂ ਨੇ ਗੱਲ ਕੀਤੀ ਸੀਗੀ ਉਹਨਾਂ ਬਾਰੇ ਆਪਾਂ ਥੋੜੀ ਜੀ ਗੱਲ ਕਰਦੇ ਹਾਂ ਤਾਂ ਕਿ ਤੁਹਾਨੂੰ ਥੋੜੀ ਜੀ ਅਪਡੇਟ ਇਨਫੋਰਮੇਸ਼ਨ ਮਿਲ ਸਕੇ ਕਿ ਚੱਲ ਕੀ ਰਿਹਾ ਵਨ ਤਾਂ ਉਹਨਾਂ ਵਿੱਚ ਜਿਹੜੇ ਪਹਿਲਾ ਚੇਂਜਸ ਤਾਂ ਇਹ ਹੀ ਹੈਗੇ ਸੀਗਾ ਕਿ ਤੁਸੀਂ 18 ਤਰੀਕ ਜਿਹੜੇ 18 ਮਾਰਚ ਵਾ ਉਹਦੇ ਤੋਂ ਪਹਿਲਾਂ ਵਾਲੇ ਕੈਨੇਡਾ ਆ ਸਕਦੇ ਉਸ ਤੋਂ ਬਾਅਦ ਵਾਲੇ ਹਜੇ ਨਹੀਂ ਆ ਸਕਦੇ ਤਾਂ ਉਹ ਰੂਲ ਜਿਹੜਾ ਹਜੇ ਵੀ ਹੈਗਾ ਕੰਪਲੀਟ ਕਰੋਗੇ ਤਾਂ ਤੁਹਾਡੀ ਜਿਹੜੀ ਵਰਕ ਪਰਮਿਟ ਉੱਤੇ ਕੋਈ ਵੀ ਐਵੇਂ ਦਾ ਇਫੈਕਟ ਨਹੀਂ ਪਊਗਾ ਤੁਹਾਨੂੰ ਜਿਹੜਾ ਵਰਕ ਪਰਮਿਟ ਆ ਜਿੰਨੇ ਦਾ ਤੁਹਾਨੂੰ ਮਿਲਣਾ ਵਾ ਨਾਰਮਲੀ 15 ਸਾਲ ਦਾ ਹੀ ਮਿਲੂਗਾ ਜੇਕਰ ਤੁਸੀਂ ਇੰਡੀਆ ਤੋਂ ਸਟੱਡੀ ਕਰਦੇ ਹੋ ਭਾਵੇਂ ਤੁਸੀਂ ਕੈਨੇਡਾ ਤੋਂ ਸਟੱਡੀ ਕਰਦੇ ਹੋ ਤੁਹਾਡੇ ਵਰਕ ਪਰਮਿਟ ਉੱਤੇ ਕੋਈ ਵੀ ਫੈਕਟ ਨਹੀਂ ਪਊਗਾ ਜੇਕਰ ਤੁਸੀਂ ਆਪਣੀ 50% ਜਿਹੜੀ ਸਟੱਡੀ ਆ ਉਹ ਕੈਨੇਡਾ ਕੇ ਕੰਪਲੀਟ ਕਰਦੇ ਹੋ ਤੇ 50% ਜਿਹੜੀ ਆ ਉਹ ਇੰਡੀਆ ਤੋਂ ਹੀ ਕੰਪਲੀਟ ਕਰਦੇ ਹੋ 50% ਜਿਹੜੀ ਆ ਕੈਨੇਡਾ ਤੋਂ ਕੰਪਲੀਟ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇਹ ਸਾਰੀਆਂ ਜਿਹੜੀਆਂ ਅਪਡੇਟਸ ਨੇ ਹੌਲੀ-ਹੌਲੀ ਰੋਜ਼-ਰੋਜ਼ ਨਵੀਂ ਕੋਈ ਨਾ ਕੋਈ ਅਪਡੇਟ ਆਉਂਦੀ ਰਹਿੰਦੀ ਆ ਉਹਦੇ ਲਈ ਤੁਸੀਂ canada.ca ਦੀ ਵੈਬਸਾਈਟ ਜਿਹੜੀ ਆ ਉਹਦੇ ਨਾਲ ਅਪ ਟੂ ਡੇਟ ਰਹਿ ਕਰੋ ਉਹਦੇ ਤੋਂ ਚੈੱਕ ਕਰਦੇ ਰਹਿ ਕਰੋ ਕੋਈ ਵੀ ਚੇਂਜਸ ਹੋਊਗਾ ਸਭ ਤੋਂ ਪਹਿਲਾਂ ਉਸੇ ਵੈਬਸਾਈਟ ਉੱਤੇ ਆਊਗਾ ਤਾਂ ਇਹ ਤੁਹਾਨੂੰ ਇਨਫੋਰਮੇਸ਼ਨ ਅੱਜ ਦੇਣਾ ਚਾਹੁੰਦਾ ਸੀਗਾ ਤਾਂ ਕਿ ਤੁਹ ਆਲਰੇਡੀ ਆ ਚੁੱਕਾ ਉਹਨਾਂ ਲਈ ਕੋਈ ਵੀ ਨਵੀਂ ਅਪਡੇਟ ਉਹ ਨਹੀਂ ਕੱਢ ਰਹੇ ਹੁਣ ਜੇ ਅਪਡੇਟ ਨਹੀਂ ਕੱਢ ਰਹੇ ਤਾਂ ਆਪਾਂ ਤੁਹਾਨੂੰ ਬਤਾਉਦੇ ਲੋ ਬਣਾ ਕੇ ਕੋਈ ਗੱਲ ਨਹੀਂ ਦੱਸ ਸਕਦੇ ਨਾ ਵੀ ਆ ਨਵਾਂ ਆ ਆ ਗਿਆ ਵਾ ਜਾਂ ਨਵਾਂ ਆ ਆ ਗਿਆ ਵਾ ਜੋ ਵੀ ਚੱਲ ਰਿਹਾ ਵਾ ਤੁਹਾਡੇ ਸਾਹਮਣੇ ਸਭ ਕੁਝ ਚੱਲ ਰਿਹਾ ਨਾ ਤਾਂ ਇੰਨੀ ਕੀ ਤੁਹਾਨੂੰ ਇਨਫੋਰਮੇਸ਼ਨ ਅੱਜ ਮੈਂ ਦੇਣੀ ਸੀਗੀ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਹੋ ਕੀ ਰਿਹਾ ਵਾ ਜੇਕਰ ਤੁਹਾਨੂੰ ਆ ਵੀਡੀਓ ਵਧੀਆ ਲੱਗੀ ਹੋਵੇ ਤੇ ਕੋਈ ਇਨਫੋਰਮੇਸ਼ਨ ਮਿਲੀ ਹੋਵੇ ਤਾਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਐਵੇਂ ਦੀਆਂ ਹੋਰ ਵੀਡੀਓ ਦੇਖਣ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ